ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ। ਕੋਰੋਨਾ ਵਾਇਰਸ ਦੇ ਚਲਦੇ ਮਾਨਸਾ 'ਚ ਲਗਾਤਾਰ ਕਰਫਿਊ ਜਾਰੀ ਹੈ, ਜਿੱਥੇ ਕਰਫਿਊ ਸਮੇਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਰੂਰੀ ਸਮਾਨ ਘਰ ਘਰ ਪਹੁੰਚਾਇਆ ਜਾ ਰਿਹਾ ਹੈ। ਉੱਥੇ ਹੀ ਮਾਨਸਾ ਦੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਸਮਾਜ ਲਈ ਇੱਕਮਿੱਕ ਹੋ ਕੇ ਕੰਮ ਕਰ ਰਹੀਆਂ ਹਨ। ਗੱਲ ਕਰਦੇ ਹਾਂ ਰੇਲਵੇ ਸਟੇਸ਼ਨ ਤਰਵੈਣੀ ਮੰਦਰ ਦੀ, ਜਿੱਥੇ ਮੰਦਰ ਵੱਲੋਂ ਲਗਾਤਾਰ ਲੋਕਾਂ ਦੇ ਘਰਾਂ 'ਚ ਰਾਹਤ ਸਮੱਗਰੀ ਤਿਆਰ ਖਾਣਾ ਭੇਜਿਆ ਜਾ ਰਿਹਾ ਹੈ। ਪ੍ਰਧਾਨ ਅਸ਼ੋਕ ਲਾਲੀ ਦਾ ਕਹਿਣਾ ਹੈ ਕਿ ਇਹ ਉਦੋਂ ਤੱਕ ਚੱਲਦਾ ਰਹੇਗਾ ਜਦ ਤੱਕ ਦੇਸ਼ ਦੇ ਹਾਲਾਤ ਪਹਿਲਾਂ ਵਾਂਗ ਨਹੀਂ ਹੁੰਦੇ। ਅੱਛਾ, ਤੁਸੀਂ ਜਿਸ ਤਰ੍ਹਾਂ ਹੁਣ ਤਰਵੈਣੀ ਮੰਦਰ ਦੇ ਰਾਹੀਂ ਇੱਥੋਂ ਲੋਕਾਂ ਦੀ ਮਦਦ ਕਰ ਰਹੇ ਹੋ, ਰੋਟੀ ਪਾਣੀ ਭੇਜ ਰਹੇ ਹੋਵੋਗੇ, ਅੱਜ ਤੁਸੀਂ ਸੁੱਕਾ ਰਾਸ਼ਨ ਵੀ ਵੰਡ ਰਹੇ ਹੋ, ਇਹਦੇ ਬਾਰੇ ਕੀ ਕਹਿਣਾ ਤੁਹਾਡਾ? ਅਸੀਂ ਸਾਰੇ ਲੱਗੀ ਹੋਈ ਹੈ, ਲੋਕ ਗਰੀਬ ਜਨਤਾ ਬਹੁਤ ਭੁੱਖੀ ਬੈਠੀ ਹੈ, ਉਹਦਾ ਅਸੀਂ 10-11 ਬੰਦੇ ਦਾ ਲੰਗਰ ਬਣਿਆ ਹੋਇਆ ਘਰਾਂ ਵਿੱਚ ਪਹੁੰਚਾ ਰਹੇ ਹਾਂ, ਪ੍ਰਸ਼ਾਸਨ ਦੀ ਮਦਦ ਨਾਲ, ਡੀਸੀ ਸਾਹਿਬ ਦੀ ਮਦਦ ਨਾਲ, ਐਸ ਐਮ ਸਾਹਿਬ ਦੀ ਮਦਦ ਨਾਲ, ਅਤੇ ਸੁੱਕਾ ਰਾਸ਼ਨ ਵੀ 1000 ਬੰਦਿਆਂ 14 ਬੰਦਿਆਂ ਡੇਲੀ ਵੰਡਿਆ ਜਾ ਰਿਹਾ ਹੈ। ਕਿੱਦਾਂ ਕਿੱਦਾਂ ਬਣੇ ਆ ਸਰ, ਇਹਦਾ ਅਕਾਊਂਟ ਸਾਰਾ ਇੱਥੇ ਪੁਲਿਸ ਸਾਹਿਬ ਬੈਠਿਆ ਉਹ ਲਿਖ ਰਿਹਾ ਸਰ ਅਕਾਊਂਟ ਸਾਰਾ। ਯਾਨੀ ਕਿ ਲਗਾਤਾਰ ਸੇਵਾ ਜਾਰੀ ਰਹੂਗੀ? ਲਗਾਤਾਰ ਸੇਵਾ ਜਾਰੀ ਰਹੂਗੀ। ਇੱਕ ਸਾਡੇ ਗੱਲ ਯਾਦ ਆ ਗਈ, ਸਾਡੇ ਪਿਤਾ ਜੀ ਅਸੀਂ ਗਾਂ 'ਚ ਰੋਟੀ ਲੈਣ ਜਾਂਦੇ ਹੁੰਦੇ ਸੀਗੇ, ਜਾਣਾ ਮੁਗਲਾ ਲੋਹੇ ਵਾਲੇ ਜੀ, ਉਹ ਸੰਤਾਂ ਰੋਟੀ ਬਣਾਉਂਦੇ ਸੀ ਗਾਂ 'ਤੇ, ਉਹ ਸੰਤਾਂ ਨੇ ਬਦਲ ਕੀਤੇ ਸੀ ਵੀ ਤੁਹਾਡਾ ਪਰਿਵਾਰ ਦੁਨੀਆ ਭਰ ਨੂੰ ਲੱਗੇ ਖਾਊਗਾ, ਲੱਖਾਂ ਬੰਦਿਆਂ ਲੱਗੇ ਖਾਊਗਾ। ਅੱਜ ਤੁਹਾਡੇ ਗੱਲ ਯਾਦ ਆਈ, ਗੱਲ ਪੂਰੀ ਹੋ ਗਈ। ਸਾਡੇ ਪਿਤਾ ਜੀ ਬਹੁਤ ਨਜ਼ਦੀਕ ਬੰਦੇ ਸੀ, ਉਹ ਮੇਰੇ ਸਾਹਮਣੇ ਸੀ ਹੱਥ ਆਏ ਰੱਖਣਾ, ਜਾ ਕੇ ਆਏ ਫਲਾਉਣਾ, ਹੱਥ ਆਏ ਰੱਖਣਾ, ਦਿੰਦੇ ਰਹੋ, ਤੁਹਾਨੂੰ ਇਸ ਗੱਲ ਦੀ ਕਮੀ ਰਹਿਣੀ। ਅੱਗੇ ਦੀ ਕੀ ਰਣਨੀਤੀ ਹੈ ਹੁਣ ਤੁਹਾਡੀ, ਅੱਗੇ ਕਿੰਨਾ ਚਿਰ ਚੱਲੂਗਾ? ਕਿੰਨਾ ਚਿਰ ਦੇਖੋ, ਸਰਕਾਰ ਕਰਫਿਊ ਅਸੀਂ ਕਹਿੰਦੇ 15 ਦਿਨ ਖੁੱਲ੍ਹ ਜੇ, ਨਹੀਂ ਖੁੱਲ੍ਹਦਾ ਲੰਬਾ ਚੱਲੂ, ਤਾਂ ਲੰਬਾ ਚੱਲੀ ਜਾਊਗਾ। ਇਹ ਸਾਰੇ ਸ਼ਹਿਰ ਵਾਸਤੇ ਸਹਿਯੋਗ ਨਾਲ ਸਮਾਨ ਆਈ ਜਾਂਦਾ, ਪੈਸੇ ਆਈ ਜਾਂਦੇ, ਕਿਸੇ ਗੱਲ ਕਮੀ ਨਹੀਂ, ਪ੍ਰਸ਼ਾਸਨ ਪੂਰੀ ਮਦਦ ਕਰਦਾ ਸਾਡੀ। ਆਮ ਲੋਕਾਂ ਨੂੰ ਕੀ ਅਪੀਲ ਕਰੋਗੇ? ਆਮ ਲੋਕਾਂ ਨੂੰ ਅਪੀਲ ਕਰਦੇ ਹਾਂ ਵੀ ਜਿੰਨਾ ਵੱਧ ਤੋਂ ਵੱਧ ਸਮਾਨ ਭੇਜੋ, ਅਤੇ ਇੱਕ ਲੋਕਡਾਊਨ ਅੰਦਰ ਰਹੋ, ਬਾਹਰ ਨਾ ਨਿਕਲੋ, ਡਿਸਟੈਂਸ ਨੂੰ ਲਾ ਕੇ ਰੱਖੋ। ਜਿਹੜਾ ਮੋਦੀ ਦਾ ਆਪਣਾ ਜੇ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਹੈ ਤਾਂ ਤੁਹਾਡੇ ਨਾਲ ਸੰਪਰਕ ਕਰ ਸਕਦੇ ਨੇ? ਸੰਪਰਕ ਕਰ ਸਕਦੇ ਆ, ਅਸੀਂ ਘਰ ਵਿੱਚ ਜਾ ਕੇ ਆਵਾਂਗੇ। ਠੀਕ ਹੈ ਜੀ, ਤੁਹਾਨੂੰ। ਮੇਰਾ ਨਾਮ ਅਸ਼ੋਕ ਗਰਗ, ਸੀਨੀਅਰ ਮੀਤ ਪ੍ਰਧਾਨ ਅਗਰਵਾਲ ਸਭਾ ਪੰਜਾਬ। ਠੀਕ ਹੈ ਜੀ, ਜਿਹੜੀ ਤੁਸੀਂ ਇਹ ਸੇਵਾ ਕਰ ਰਹੇ ਹੋ ਇਸ ਬਾਰੇ ਕੀ ਕਹਿਣਾ ਤੁਹਾਡਾ? ਮੈਂ ਇਹਦੇ ਬਾਰੇ ਕਹਿਣਾ ਚਾਹੁੰਦਾ ਵੀ ਜਿਸ ਤਰ੍ਹਾਂ ਕਿ ਸੰਸਾਰ ਦੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਕੋਰੋਨਾ ਦੀ ਜਿਹੜੀ ਭਿਆਨਕ ਬਿਮਾਰੀ ਹੈ ਉਹ ਫੈਲੀ ਜਾ ਰਹੀ ਹੈ, ਉਸ ਡਰੋਂ ਸਾਡੇ ਦੇਸ਼ ਦੇ ਵਿੱਚ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਪਹਿਲਾਂ ਲਾਕਡਾਊਨ ਔਰ ਕਈ ਸੂਬਿਆਂ ਦੇ ਵਿੱਚ ਲੋਕਡਾਊਨ ਦਾ ਜਦੋਂ ਕਿ ਨਹੀਂ ਖਾਸ ਮਤਲਬ ਹੁੰਗਾਰਾ ਮਿਲਿਆ ਤਾਂ ਕਈ ਸਟੇਟਾਂ ਨੇ ਕਰਫਿਊ ਲਾ ਤਾ। ਕਰਫਿਊ ਲਾਉਣ ਦੇ ਬਾਅਦ ਕਿਉਂਕਿ ਲੋਕ ਬੇਕਾਰ ਹੋ ਗਏ, ਬੇਰੁਜ਼ਗਾਰ ਹੋ ਗਏ, ਉਹਨਾਂ ਰੇਲਵੇ ਸ਼੍ਰੀ ਸ਼ਿਵ ਤਰਵੈਣੀ ਮੰਦਰ ਜਾ ਕੇ ਜਾਣਿਆ ਜਾਂਦਾ, ਉਹਦੇ ਪ੍ਰਧਾਨ ਸ਼ੋਭਾ ਜੀ ਜਿਹੜੇ ਪਿਛਲੇ 22 ਸਾਲ ਤੋਂ ਲਗਾਤਾਰ ਲੰਗਰ ਦਾ ਪ੍ਰਬੰਧ ਕਰਕੇ ਉਹਨਾਂ ਬੇਸਹਾਰੇ ਗਰੀਬਾਂ ਨੂੰ ਲੰਗਰ ਛਕਾਉਂਦੇ ਨੇ ਜਿਨ੍ਹਾਂ ਦੇ ਕੋਲ ਕੋਈ ਸਹਾਰਾ ਨਹੀਂ ਹੁੰਦਾ। ਉਸੇ ਲੜੀ ਦੇ ਕੜੀ ਦੇ ਸੰਬੰਧ ਵਿੱਚ ਅੱਜ ਵੀ ਲਾਲਾ ਮੰਗੂ ਮੱਲ ਦਾ ਸਮੁੱਚਾ ਪਰਿਵਾਰ, ਜਿਵੇਂ ਉਹਨਾਂ ਦੇ ਭਰਾ ਵੱਡੇ ਪਰਸ਼ੋਤਮ ਦਾਸ ਬਾਂਸਲ, ਜੋ ਪ੍ਰਧਾਨ ਨੇ ਅਗਰਵਾਲ ਸਾਹਿਬ ਮਾਨਸਾ ਦੇ, ਉਹਨਾਂ ਦੀ ਰਹਿਨਮਾਈ ਹੈ, ਸਾਰਾ ਸ਼ਹਿਰ ਇਕੱਠਾ ਹੋ ਕੇ ਦਾਨ ਦੇ ਕੇ ਉਹਨਾਂ ਬੇਸਹਾਰੇ ਲੋਕਾਂ ਨੂੰ ਘਰਾਂ ਦੇ ਵਿੱਚ ਭੋਜਨ ਵੀ ਬਣਾ ਕੇ ਭੇਜਿਆ ਜਾਂਦਾ ਹੈ ਔਰ ਸੁੱਕਾ ਰਾਸ਼ਨ ਦਿੱਤਾ ਜਾਂਦਾ ਹੈ। ਇਸ ਪ੍ਰੋਗਰਾਮ ਦੀ, ਇਸ ਕਾਰਜ ਦੀ ਜਿੰਨੀ ਵੀ ਸ਼ਲਾਘਾ ਕਰੀਏ ਉਨੀ ਥੋੜ੍ਹੀ ਹੈ। ਮਾਨਸਾ ਤੋਂ ਰਾਜੀਵ ਸ਼ਰਮਾ ਆਜ਼ਾਦ, ਦਿਵਿਆ ਪੰਜਾਬ ਟੀਵੀ।